ਕਹਿੰਦਾ ਅੱਛਾ ਕਹਿੰਦਾ ਅੰਦਰ ਕਹਿੰਦਾ ਉਹ ਦੁਆਰੇ ਖਾਸ ਅੰਦਰ ਗਏ ਤੇ ਉਹਨੂੰ ਵੇਖਿਆ ਉੱਥੇ ਸਿੱਲ ਖੜੀ ਸੀ ਇੱਕ ਵੱਡੀ 6 ਫੁੱਟ ਦੀ ਲਾਲ ਪੱਥਰ ਦੀ ਜਿਹਦੇ ਉੱਤੇ ਤਖ਼ਤ ਏ ਤਾਊਸ ਰੱਖਿਆ ਜਾਂਦਾ ਸਭ ਤੋਂ ਮਹਿੰਗਾ ਦੁਨੀਆ ਦਾ ਜਿਹਨੂੰ ਮਯੂਰ ਸਿੰਘਾਸ਼ਨ ਕਹਿੰਦੇ ਜਿਹਨੂੰ ਨਾਦਰ ਲੈ ਗਿਆ ਸੀ ਉਸ ਵੇਲੇ ਲੁੱਟ ਕੇ ਕੋਹੀਨੂਰ ਦੇ ਨਾਲ ਹੀ ਲੈ ਗਿਆ ਸੀ ਉਹ ਕਹਿੰਦਾ ਵੀ ਇੱਥੇ ਕਹਿੰਦਾ ਵੀ ਇਹਦੇ 'ਤੇ ਬਹਿ ਕੇ ਕੀ ਕਰਦੇ ਸੀ ਕਹਿੰਦਾ ਇੱਥੇ ਬਹਿ ਕੇ ਫਰਮਾਨ ਜਾਰੀ ਕੀਤੇ ਜਾਂਦੇ ਸੀ ਹੁਣ ਇੱਕ ਸਰਦਾਰ ਨੇ ਵਿੱਚੋਂ ਪੁੱਛਿਆ ਕਹਿੰਦਾ 9ਵੇਂ ਪਾਤਸ਼ਾਹ ਨੂੰ 33 ਤਵੀ 'ਤੇ ਬਿਠਾਉਣ ਦਾ ਫਰਮਾਨ ਇੱਥੇ ਜਾਰੀ ਹੋਇਆ ਸੀ ਕਹਿੰਦੇ ਹਾਂ ਕਹਿੰਦਾ 9ਵੇਂ ਪਾਤਸ਼ਾਹ ਦਾ ਸਿਰ ਵੱਢਣ ਦਾ ਕਹਿੰਦਾ ਇੱਥੇ ਜਾਰੀ ਹੋਇਆ ਇੱਥੇ ਬਹਿ ਕੇ ਕਹਿੰਦਾ ਅੱਛਾ ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 'ਤੇ ਹਮਲਾ ਕਰਨ ਦਾ ਆਨੰਦਪੁਰ ਸਾਹਿਬ ਕਹਿੰਦੇ ਇੱਥੇ ਬਹਿ ਕੇ ਕਹਿੰਦਾ ਬੱਚਿਆਂ ਨੂੰ ਉਹਨਾਂ ਦਿਆਂ ਨੀਹਾਂ 'ਚ ਚੜਨ ਦਾ ਅਤੇ ਕਹਿੰਦੇ ਇੱਥੇ ਬਹਿ ਕਹਿੰਦਾ ਜੜ ਤੋਂ ਪੁੱਟ ਲਿਆ ਉਹਨਾਂ ਪੁੱਟ ਲਿਆ ਮਾਰ ਮਾਰ ਸੱਬਲਾਂ ਉਹ ਸਿੱਲ ਪੁੱਟ ਲਈ ਜਿਹਦੇ ਉੱਤੇ ਬਹਿ ਕੇ ਹਿੰਦੁਸਤਾਨ ਦੇ ਬਾਦਸ਼ਾਹ ਰਾਜ ਕਰਦੇ ਸੀ ਸਿੱਲ ਹੀ ਜੜੋਂ ਪੁੱਟਤੀ ਉਹਨਾਂ ਪੁੱਟ ਕੇ ਹਾਥੀ ਦੇ ਮਗਰ ਬੰਨ ਲਈ 48 ਪਿੱਲਰ ਸੀ ਉਸ ਦਰਬਾਰੇ ਖਾਸ ਦੇ ਉਹ ਪੁੱਟੇ ਲਿਆ ਕੇ ਹਰਿਮੰਦਰ ਸਾਹਿਬ ਲਾਏ ਹੋਏ ਆ ਜਦੋਂ ਆਪਾਂ ਪਰਿਕਰਮਾ ਕਰਦੇ ਨਾ ਅਤੇ ਦੁੱਖ ਭਰੇ ਨੀ ਬੇਰੀ ਤੋਂ ਪਹਿਲਾਂ ਖੱਬੇ ਹੱਥ ਲਾਲ ਪੱਥਰ ਦੀਆਂ 3 ਆਰਚਾਂ ਨੇ ਉਹਦੇ ਅੰਦਰੋਂ ਸਿੱਲ ਕੱਢੀ ਹੋਈ ਲਿਆ ਕੇ ਮਹਾਰਾਜ ਚਰਨਾਂ ਸੁੱਟ ਮਤਲਬ ਇਹ ਕੌਣ ਦੱਸੂਗਾ